ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸ਼ਗਨ ਟਰੱਸਟ ਲਾਈਨ ਤੋਂ। ਅੱਜ ਆਪਾਂ ਪਹੁੰਚ ਗਏ ਜੀ, ਜਿਹੜੇ ਫਾਰਮ ਹੁੰਦੇ ਨੇ ਜੀ, ਸਰੀ ਦੇ ਫਾਰਮ ਨੇ ਇਹ। ਅਤੇ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਕਿ ਜਿਹੜੇ ਆਪਣਾ ਆਪਾਂ ਕਾਫੀ ਚੀਜ਼ਾਂ ਦੇਖਦੇ ਹੁੰਦੇ ਹਾਂ ਨਾ, ਕਿ ਆਪਣਾ ਕੈਨੇਡਾ ਜਾ ਕੇ ਲੋਕ ਬੇਰੀਆਂ ਤੋੜਦੇ ਨੇ। ਬਲਿਊ ਬੇਰੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ, ਜਾਂ ਦੇਖੋ ਇਹਨੂੰ ਬਲਿਊ ਬੇਰੀ ਕਹਿੰਦੇ ਨੇ। ਇਹਦਾ ਸਾਰੇ ਦਾ ਸਾਰਾ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨਾ, ਇਹ ਸਾਰਾ ਉਹਨਾਂ ਦਾ ਬਾਗ ਲਾਇਆ ਹੋਇਆ ਬੇਰੀਆਂ ਦਾ ਨਾ। ਅਤੇ ਤੁਸੀਂ ਇਹਨੂੰ ਇੱਕ ਚੀਜ਼ ਧਿਆਨ ਨਾਲ ਦੇਖੋ ਕਿ ਜਿੱਦਾਂ ਆਹ ਦੇਖੋ, ਜਿਹੜੀ ਇਹਨਾਂ ਨੂੰ ਆਪਾਂ ਪਾਣੀ ਦੇਣਾ, ਉਹ ਪਾਣੀ ਇੱਦਾਂ ਨਹੀਂ ਹੈਗਾ ਕਿ ਇਹਦੇ ਵਿੱਚ ਹੀ ਛੱਡ ਦਿੱਤਾ ਜਾਵੇ ਨਾ। ਇਹਦੇ ਨਾ ਇੱਕ ਇੱਕ ਨਾਲ ਹੁੰਦੀ ਪੈਪ ਲੱਗਿਆ ਹੋਇਆ ਦੇਖੋ, ਜਿਵੇਂ ਆਪਾਂ ਇੰਡੀਆ ਦੇ ਵਿੱਚ ਤਾਂ ਸਿੱਧਾ ਹੀ ਪਾਣੀ ਇੱਦਾਂ ਹੀ ਛੱਡ ਦਿੰਦੇ ਹੁੰਦੇ ਹਾਂ, ਬਟ ਉਹ ਇੱਥੇ ਉੱਦਾਂ ਦਾ ਪ੍ਰੋਸੈਸ ਨਹੀਂ ਹੈਗਾ। ਵਿੱਚ ਦੀ ਦੇਖੋ ਟਰੈਕਟਰ ਜਾਣ ਦੀ ਜਗ੍ਹਾ ਹੈਗੀ ਆ, ਆਲੇ ਦੁਆਲੇ ਬੇਰੀਆਂ ਨੇ। ਜਿਹੜੇ ਆਪਣੇ ਪੰਜਾਬ ਤੋਂ ਆਉਂਦੇ ਆ, ਜਿਹੜੇ ਆਪਾਂ ਕਹਿੰਦੇ ਹਾਂ ਕਿ ਹਾਂਜੀ ਤੁਸੀਂ ਉੱਥੇ ਜਾ ਕੇ ਬੇਰੀਆਂ ਤੋੜਦੇ ਹੋ ਜਾਂ ਤੁਸੀਂ ਉੱਥੇ ਕਰਦੇ ਹੋ, ਉਹਦਾ ਕੀ ਹੁੰਦਾ ਕਿ ਬਸ ਤੁਸੀਂ ਇੱਥੇ ਜਾਣਾ ਇੱਥੋਂ। ਜਿੱਦਾਂ ਹੁਣ ਆਹ ਦੇਖੋ, ਆਹ ਬੇਰੀ ਹੈ ਜੀ, ਦੇਖੋ ਇਹਨਾਂ ਨੂੰ ਇਹ ਪੱਕ ਗਿਆ। ਬਾਕੀ ਜੇ ਜਾਣੀ ਕਿ ਹੁਣ ਸਟਾਰਟ ਹੋਣ ਵਾਲਾ ਬੇਰੀਆਂ ਦਾ ਜਿਹੜਾ ਮੌਸਮ ਹੈ, ਸੋ ਇਸ ਤੋਂ ਬਾਅਦ ਫਿਰ ਕੀ ਹੋਊਗਾ ਕਿ ਇਹ ਸਾਰੀਆਂ ਬੇੜੀਆਂ ਤੋੜਦੇ ਨੇ ਉਰੇ। ਅਤੇ ਅਪਰੋਕਸੀਮੇਟਲੀ ਜਿਹੜਾ ਕਿ ਆਪਣਾ ਟੂਰਿਸਟ ਆਉਂਦੇ ਨੇ, ਬੱਚਿਆਂ ਦੇ ਮਾਤਾ ਪਿਤਾ ਆਉਂਦੇ ਨੇ, ਉਹ ਇੱਥੇ ਆ ਜਾਂਦੇ ਨੇ। ਇਹ ਜਿਹੜਾ ਫਾਰਮ ਸੀਗਾ, ਇਹ ਸਾਡੇ ਕਿਸੇ ਖਾਸ ਮਿੱਤਰ ਦਾ ਹੀ ਆ ਉਰੇ, ਸੋ ਇਹ ਸਾਡੇ ਨਾਲ ਕਾਫੀ ਜ਼ਿਆਦਾ ਇਹਨਾਂ ਦੇ ਸੰਬੰਧ ਨੇ। ਸੋ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਮੈਨੂੰ ਕਿ ਇੱਕ ਵਾਰ ਆ ਕੇ ਜਾਇਓ ਆਪਣੇ ਕੋਲ ਫਾਰਮ 'ਤੇ, ਕਿਉਂਕਿ ਆਪਾਂ ਇਹਨਾਂ ਤੋਂ ਫਾਰਮ ਦੀਆਂ ਕਾਫੀ ਜਿਹੜੀਆਂ LMA ਸੀਗੀਆਂ ਉਹ ਵੀ ਇਹਨਾਂ ਤੋਂ ਕਈ ਵਾਰ ਲਈਆਂ ਨੇ। ਸੋ ਕਾਫੀ ਜਿਹੜੇ ਬੱਚਿਆਂ ਦਾ ਵਰਕ ਪਰਮਿਟ ਵੀ ਲਗਵਾਏ ਸੀਗੇ, ਉਹ ਇਹਨਾਂ ਦੀ ਆਪਣਾ ਫਾਰਮ ਦੇ ਵਿੱਚ ਮਿਲਣ ਵਾਲੇ ਨੇ। ਸੋ ਇਹ ਕਹਿੰਦੇ ਸੀ ਕਿ ਆ ਜਾਓ, ਮੈਂ ਸੋਚਿਆ ਕਿ ਚਲੋ ਇੱਕ ਵਾਰ ਆਪਾਂ ਦੇਖ ਲਈਏ ਜਿਹੜੇ ਇਹਨਾਂ ਦੇ ਫਾਰਮ ਨੇ ਉਹ ਕਿੱਦਾਂ ਵਰਕ ਕਰਦੇ ਨੇ ਇਹ। ਸੋ ਇਹਨਾਂ ਨੇ ਇੱਕ ਆਪਣਾ ਬਹੁਤ ਵਧੀਆ ਇੱਥੇ ਬਣਾਇਆ ਹੋਇਆ, ਇੱਕ ਸ਼ੌਪ ਦੀ ਤਰ੍ਹਾਂ ਬਣਾਇਆ ਹੋਇਆ ਕਿ ਤੁਸੀਂ ਇੱਥੇ ਬੇਰੀਆਂ ਤੋੜਦੇ ਹੋ। ਹੋਰ ਵੀ ਕਾਫੀ ਫਰੂਟਸ ਨੇ ਜਿਹੜੇ ਵੈਜੀਟੇਬਲਸ, ਫਰੂਟਸ ਕਾਫੀ ਕੁਛ ਲਗਾਇਆ ਹੋਇਆ ਇਹਨਾਂ ਨੇ। ਸੋ ਇੱਥੇ ਤੋੜ ਲੈਂਦੇ ਨੇ ਅਤੇ ਇੱਥੇ ਆਪਣਾ ਸੇਲ ਕਰ ਦਿੰਦੇ ਨੇ। ਸੋ ਫਰੈਸ਼ ਫਰੂਟ ਵੀ ਆਪਾਂ ਨੂੰ ਇੱਥੋਂ ਮਿਲ ਸਕਦੇ ਨੇ। ਸਰੀ ਦੇ ਬਿਲਕੁਲ ਸਾਈਡ 'ਤੇ ਆ ਜਾਂਦਾ ਜੀ, ਜਦੋਂ ਆਪਾਂ ਲਾਂਗਲੀ ਨੂੰ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਈਡ 'ਤੇ ਇਹ, ਤੁਸੀਂ ਇੱਥੇ ਵੀ ਆ ਕੇ ਆਪਣਾ ਉਹ ਕਰ ਸਕਦੇ ਹੋ। ਸੋ ਇਹ ਇਹਦਾ ਮਕਸਦ ਸੀਗਾ ਵੀਡੀਓ ਦਾ ਕਿ ਕਿਵੇਂ ਆਪਾਂ ਜਿਹੜੀਆਂ ਬਲਿਊ ਬੇਰੀਸ ਨੇ ਇੱਥੇ ਆ ਕੇ ਤੋੜ ਸਕਦੇ ਹਾਂ, ਇੱਥੇ ਕਿੰਨਾ ਉਹਨਾਂ ਨੂੰ ਐਕਸਪੈਂਸ ਮਿਲਦਾ ਵਾ ਜਾਂ ਉਹਨਾਂ ਨੂੰ ਕਿੰਨੀ ਇੱਥੇ ਵੇਜਸ ਮਿਲਦੇ ਨੇ, ਉਹ ਸਾਰਾ ਕੁਛ ਤੁਹਾਨੂੰ ਇੱਥੇ ਆ ਕੇ ਪਤਾ ਲੱਗ ਜਾਏਗਾ ਜੇਕਰ ਤੁਸੀਂ ਉਹ ਦੇਖੋ ਜੀ, ਇਹਨਾਂ ਦਾ ਫਾਰਮ ਹਾਊਸ ਵੀ ਬਣਾਇਆ ਹੋਇਆ ਵਿੱਚ। ਸੋ ਬਹੁਤ ਹੀ ਜ਼ਿਆਦਾ ਵਧੀਆ, ਉੱਦਾਂ ਹੀ ਆ ਜਿੱਦਾਂ ਕਿ ਆਪਣੇ ਪੰਜਾਬ ਦੇ ਵਿੱਚ ਹੁੰਦਾ ਹੈ, ਕਿ ਬਟ ਥੋੜ੍ਹਾ ਜਿਹਾ ਇਹਨਾਂ ਦੀ ਤਕਨੀਕ ਹੈ ਜਿਹੜੀ ਉਹ ਸਿੰਪਲ ਹੈ। ਸੋ ਜਿੱਦਾਂ ਕਿ ਵੱਡੀਆਂ ਵੱਡੀਆਂ ਬੱਟਾਂ ਬਣਾ ਲਈਆਂ ਇਹਨਾਂ ਨੇ ਅਤੇ ਛੋਟੇ ਛੋਟੇ ਨਾਲ ਉਹਨਾਂ ਦੇ ਪੈਪ ਲਾਤੇ। ਜਿਹੜੇ ਪੈਪ ਨੇ ਦੇਖੋ ਤੁਸੀਂ, ਇਹ ਜਿਹੜਾ ਪੈਪ ਹੈ ਆਹ ਵਾਲਾ, ਇਹਦਾ ਜਿਹੜਾ ਪਾਣੀ ਹੈ ਨਾ ਉਹ ਸਿਰਫ ਆ ਜੜ 'ਚ ਹੀ ਪਾਣੀ ਦੇਵੇਗਾ ਇਹ ਵਾਲੀ 'ਚ। ਇਹ ਜਾਣੀ ਕਿ ਇੱਦਾਂ ਨਹੀਂ ਹੈਗਾ ਕਿ ਆਹ ਭਰਨ ਦੀ ਜ਼ਰੂਰਤ ਨਹੀਂ ਆਪਾਂ ਨੂੰ, ਸਿਰਫ ਜੜ ਦੇ ਵਿੱਚ ਹੀ ਪਾਣੀ ਪਊਗਾ, ਐਕਸਟਰਾ ਕਿਤੇ ਨਹੀਂ ਪਊਗਾ। ਸੋ ਬਹੁਤ ਵਧੀਆ ਚੀਜ਼ ਹੈ ਜੀ ਬਣਾਈ ਹੋਈ। ਜਦੋਂ ਵੀ ਤੁਸੀਂ ਆਏ ਕਦੇ ਕੈਨੇਡਾ ਤਾਂ ਇਹ ਚੀਜ਼ ਨੂੰ ਜ਼ਰੂਰ ਦੇਖ ਕੇ ਜਾਇਓ। ਥੈਂਕ ਯੂ।